ਉਹਨਾਂ ਦਾ ਬੇਟਾ ਹੋਣਹਾਰ ਓਲੰਪੀਅਨ ਐਸ ਪੀ ਸਾਹਿਬ ਸਰਦਾਰ ਉਹ ਕੜੀ ਪੂਰੀ ਹੋਣ ਜਾ ਰਹੀ ਹੈ। ਰੋਜ਼ਾਨਾ ਆਰਥਿਕ ਬਿਜ਼ਨਸ ਖਾਸ ਅਤੇ ਫਾਸਟ ਮੈਂ ਦੇਖਦੇ ਸਮੂਹ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਜਿਸ ਤਰ੍ਹਾਂ ਕਿ ਅੱਜ ਅਸੀਂ ਜਿਮ ਖਾਨਾ ਕਲੱਬ ਹੋਏ ਅਤੇ ਸਾਡੇ ਨਾਲ ਮੌਜੂਦ ਨੇ ਭਜਨ ਸਿੰਘ ਮੰਡੇਰ ਸਾਹਿਬ, ਜਿਹੜੇ ਕਿ ਅੱਜ ਬੁੱਕ ਰਿਲੀਜ਼ ਕਰ ਰਹੇ ਹੈ, ਉਸ ਬਾਰੇ ਅਸੀਂ ਵਿਸਤਾਰ ਸਹੀ ਜਾਣਕਾਰੀ ਦੇਵਾਂਗੇ ਅਤੇ ਇਸ ਬੁੱਕ ਦੀ ਖਾਸੀਅਤ ਬਾਰੇ ਵੀ ਤੁਹਾਨੂੰ ਦੱਸਾਂਗੇ ਕਿ ਬੁੱਕ ਦੇ ਵਿੱਚ ਇਹਨਾਂ ਨੇ ਕੀ ਲਿਖਿਆ, ਕੀ ਹੈ, ਕੀ ਨਹੀਂ ਹੈ ਅਤੇ ਕਿੰਨਾ ਸਮਾਂ ਲੱਗਿਆ, ਉਹ ਤੁਹਾਨੂੰ ਸਾਰੇ ਵਿਸਤਾਰ ਸਹੀ ਜਾਣਕਾਰੀ ਦਿੰਦੇ ਹਾਂ। ਮੰਡੇਰ ਸਾਹਿਬ ਸਾਡੇ ਨਾਲ ਬੈਠੇ, ਸਰ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਰ, ਅੱਜ ਤੁਸੀਂ ਇੱਕ ਬੁੱਕ ਰਿਲੀਜ਼ ਕਰ ਰਹੇ ਹੋ, ਜਿਹਦੇ ਵਿੱਚ ਕਿ ਮੈਂ ਸਮਾਜ ਪੱਖ ਨੂੰ ਮੋਹਰੇ ਰੱਖ ਕੇ ਜੀ, ਜੋ ਸਾਡੇ ਕਿਉਂਕਿ ਕਲਾ ਕਲਾ ਲਈ ਨਹੀਂ ਹੋਣੀ ਚਾਹੀਦੀ, ਕਲਾ ਲੋਕਾਂ ਲਈ ਹੋਣੀ ਚਾਹੀਦੀ ਜੀ। ਇਸ ਕਰਕੇ ਇਹਦੇ 'ਚ ਬਹੁਤ ਕਿਤਾਬਾਂ, ਜਿਵੇਂ ਅਮੈਰੀਕਾ ਦੀ ਗਨ ਕਲਚਰ, ਮੈਂ ਅਮੈਰੀਕਾ ਗਿਆ ਉੱਥੇ ਦੇਖਿਆ ਕਿ ਖੁੱਲ੍ਹੇ ਹਥਿਆਰ ਖਰੀਦੇ ਜਾਂਦੇ ਆ ਅਤੇ ਜਿਹੜੇ ਪਾਗਲ ਆ ਮੋਢੋਂ ਲੋਕ ਗੋਲੀ ਜਿਹਦੇ ਮਰਜ਼ੀ ਮਾਰ ਦਿੰਦੇ, ਦਿਮਾਗ ਖਰਾਬ ਹੋ ਰਿਹਾ, ਸਕੂਲ ਬੱਚੇ ਮਾਰ ਦਿੰਦੇ ਆ, ਹੋਰ ਮਾਰ ਦਿੰਦੇ ਆ ਜੀ, ਉਹ 'ਤੇ ਵੀ ਮੈਂ ਲਿਖਿਆ ਜੀ। ਫਿਰ ਯੂਕਰੇਨ ਅਤੇ ਔਰ ਰੂਸ ਦੀ ਜੰਗ ਚੱਲ ਰਹੀ, ਜੋ ਤਸ਼ੱਦ ਰੂਸ ਨੇ ਕੀਤਾ ਪਹਿਲਾਂ ਉਹਨਾਂ ਬੱਚਿਆਂ 'ਤੇ, ਜਿਹੜੇ ਛੋਟੇ ਛੋਟੇ ਮਸ਼ਹੂਮ ਬੱਚੇ ਆ ਉਹਨਾਂ ਨੂੰ ਮੌਤ ਦੀ ਘਾਟ ਉਤਾਰਤਾ, ਉਹ ਵੀ ਕਵਿਤਾ ਇਹਦੇ ਵਿੱਚ ਜਿਹੜੀ ਆ ਆਉਂਦੀ ਹੈ ਜੀ। ਇਸੇ ਤਰ੍ਹਾਂ ਮੌਤ ਮੇਰਾ ਕੋਈ ਦੋਸਤ ਆ ਮੰਗਲ, ਉਹਨੂੰ ਵੀ ਕੀਤੀ ਆ ਜਿਹੜੀ ਮੈਂ ਉਹਦੇ ਸਮਰਪਿਤ ਕੀਤੀ ਆ ਪੋਇਮ, ਕਿ ਮੌਤ ਅਜੇ ਉਹਨੂੰ ਆਉਣੀ ਨਹੀਂ ਸੀ ਚਾਹੀਦੀ, ਇਸ ਕਰਕੇ ਇਹੋ ਜਿਹੀਆਂ ਜਿਹਦੇ 'ਚ ਮੌਤ ਦਾ ਵੀ ਮੈਂ ਕਿਹਾ ਵੀ ਜਰਾ ਸੋਚ ਸਮਝ ਕੇ ਤੈਨੂੰ ਆਉਣਾ ਚਾਹੀਦਾ। ਮੇਰੇ ਕਜ਼ਨ ਜਿਹੜੇ ਆਈ ਪੀ ਐੱਸ ਅਫਸਰ ਗੁਰਜਾਲ ਮੰਡੇਰ ਆ, ਉਹਦੇ ਜਾਣ ਦਾ ਵੀ ਛੋੜੇ ਸੀ ਮੈਨੂੰ ਭਾਕਾ ਬਹੁਤ ਲਿਆ, ਉਹ ਵੀ ਉੱਥੇ ਜਿਹੜੀ ਆ। ਬਾਕੀ ਜਿਵੇਂ ਗੈਂਗਵਾਦ ਸਮਾਜ ਦੇ ਵਿੱਚ ਜੀ ਜੀ, ਚਿੱਟਾ ਨਸ਼ਾ ਜੀ, ਉਹ ਸਾਰਿਆਂ ਨੂੰ ਕਵਰ ਕੀਤਾ ਜੀ, ਅਤੇ ਇਸ ਕਰਕੇ ਯਾਨੀ ਕਿ ਮੈਂ ਲਿਆ ਦੁਨੀਆ ਦਾ ਅਮਨ, ਜਿਹੜਾ ਅਮਨ ਜਿਹੜੀ ਆ ਵਿੱਚ ਕੋਈ ਕਵਿਤਾ ਜਿਹੜੀ ਕਿ ਅਮਨ ਅਮਨ ਹੋਣਾ ਚਾਹੀਦਾ ਜੀ। ਇਸ ਤਰ੍ਹਾਂ ਹੋਰ ਬਹੁਤ ਸਾਰੀਆਂ, ਮੇਰਾ ਪਿੰਡ ਉਹਦੇ 'ਚ ਚੇਂਜ ਆਈ ਆ, ਜਿਹੜੀ ਪੰਜਾਬੀ ਕਲਚਰ ਆ ਉਹ ਬਦਲਦੀ ਜਾ ਰਹੀ ਹੈ, ਇਸੇ ਤਰ੍ਹਾਂ ਮੇਰਾ ਪੰਜਾਬ ਉਹ ਵੀ ਪੋਇਮ ਆ, ਅਤੇ ਮੇਰਾ ਪੰਜਾਬ ਦੇਖਿਆ ਵੀ ਕਿੰਨਾ ਬਦਲ ਗਿਆ, ਕਿੰਨੇ ਲੋਕਾਂ ਦੇ ਸੂਝ ਪਹਿਲੇ ਨਾਲ ਬਦਲ ਗਈ, ਉਹ ਪਿਆਰ ਨਹੀਂ ਰਿਹਾ, ਤੋ ਕਲ ਜਿਹੜੀ ਸਾਡੀ ਸਭਿਅਤਾ ਉਹ ਬਹੁਤ ਬਦਲ ਗਈ ਹੈ, ਉਹ ਉਹਦੇ 'ਚ ਵੀ ਮੈਂ ਲਿਖਿਆ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਕੀਤੀਆਂ ਇਹਨਾਂ ਦੇ ਵਿੱਚ ਕਵਰ ਕੀਤੀ ਜੀ। ਅਤੇ ਜੇ ਗੱਲ ਕਰੀਏ ਮੁੰਡੇ ਸਾਹਿਬ, ਜਿਸ ਤਰ੍ਹਾਂ ਤਿੰਨ ਬੁੱਕਸ ਲਿਖੀਆਂ ਅਤੇ ਤਿੰਨ ਵੱਖ ਵੱਖ ਲਿਖੀਆਂ ਜਾਂ ਤਿੰਨਾਂ ਦੀ ਸੇਮ ਹੀ ਇੱਕ ਅਲੱਗ ਅਲੱਗ ਹੈ? ਅਲੱਗ ਅਲੱਗ ਹੈਗੀ ਤੇ ਅਕਸਰ ਸਮਾਜ 'ਤੇ ਹੀ ਆ ਨਾ ਜੀ ਜੀ, ਸਮਾਜ ਸੁਧਾਰ ਆਪਾਂ ਕਰਨਾ, ਇਸ ਕਰਕੇ ਜਿਹੜੀਆਂ ਕਵਿਤਾਵਾਂ ਦਾ ਜਿਹੜਾ ਜਿੰਨਾ ਕੁ ਵਿਸ਼ੇ ਸੁਧਾਰਕ ਸਾਨੂੰ ਕਰਨੇ ਚਾਹੀਦੇ ਆ ਜੀ, ਉਹ ਤਾਂ ਤੇ ਮੈਂ ਜ਼ੋਰ ਦਿੱਤਾ ਜੀ। ਫਿਰ ਜਿਵੇਂ ਕਿ
ਫਰਜ ਕਰੋ ਮੁੰਡਾ ਤਾਰੀ ਹੈ, ਕਵਿਤਾ ਲਿਖੀ ਹੈ ਕਿ ਜਦੋਂ ਮੈਰੀਟੈਂਸੀ ਦੇ ਵੇਲੇ ਬਹੁਤ ਨਜਾਇਜ਼ ਸਿੱਖ ਬੱਚੇ ਜਿਹੜੇ ਆ ਉਹ ਸਰਕਾਰ ਨੇ ਪੁਲਿਸ ਨੇ ਚੱਕੇ ਆ ਕਿ ਉਹਨਾਂ ਦੀਆਂ ਮਾਵਾਂ ਤਰਸਦੀਆਂ ਰਹਿ ਗਈਆਂ, ਉਹਨਾਂ ਦਾ ਅੱਜ ਤਾਈਂ ਪਤਾ ਨਹੀਂ ਲੱਗਾ, ਇਹੋ ਜਿਹਾ ਕੰਮ ਸ਼ੁਰੂ ਹੋਇਆ। ਅੱਛਾ, ਤੁਸੀਂ ਬੱਚੇ ਵੀ ਅੰਕਿਤ ਕੀਤਾ ਗਿਆ? ਹਾਂ ਬਿਲਕੁਲ, ਆਪਾਂ ਬੇਖੌਫ ਹੋ ਕੇ ਜਿਹੜਾ ਕਿ ਸ਼ਿਕਾਇਤ ਕਰਾ ਜਿਹੜਾ ਬਿਨਾਂ ਡਰ ਤੋਂ ਕਿ ਉਹਦੀ ਮਾਂ ਤਰਸਦੀ ਮਰ ਗਈ ਪਰ ਉਹ ਅੱਜ ਤਾਈਂ ਨਹੀਂ ਤਾਰੀ ਮਿਲਿਆ ਕਿ ਇਸ ਤਰ੍ਹਾਂ ਦੇ ਵਿਸ਼ੇ ਵੀ ਜਿਹੜੇ ਮੈਂ ਟੱਚ ਕੀਤੇ ਅਤੇ ਇਹ ਸਾਰਾ ਮੈਂ ਟੱਚ ਕੀਤਾ ਜੀ। ਅਤੇ ਹਰਪ੍ਰੀਤ ਮੈਡਮ ਨੀਲਮ ਰਿਟਾਇਰ ਆਪਣੇ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ ਸਾਡੇ ਦਰਸ਼ਕਾਂ ਨੂੰ। ਦੇਖੋ ਮੇਰਾ ਜੋ ਕੈਰੀਅਰ ਆ ਐਜੂਕੇਸ਼ਨ ਦਾ ਸਾਰਾ ਅਤੇ ਮੈਂ ਐਮ ਜੀ ਐਨ ਕਾਲਜ ਜਲੰਧਰ ਤੋਂ ਮੈਂ ਜਿਹੜੀ ਮੰਟਗੋਰੀ ਨਾਲੇ ਤੋਂ ਐਜੂਕੇਸ਼ਨ ਕਾਲਜ ਉੱਥੋਂ ਬੀ ਐਡ ਕੀਤੀ ਆ। ਐਮ ਐਡ ਮੈਂ ਜਿਹੜੀ ਆ ਉੱਥੋਂ ਕੀਤੀ ਆ ਸ਼ਿਮਲੇ ਤੋਂ, ਹਾਂ ਹਿਮਾਚਲ ਯੂਨੀਵਰਸਿਟੀ ਤੋਂ ਐਮ ਏ, ਐਮ ਏ ਪੰਜਾਬ ਯੂਨੀਵਰਸਿਟੀ। ਹੁਣ ਮੈਨੂੰ ਸਨ ਨਹੀਂ ਕਿ ਯਾਦ ਅਤੇ ਇਸ ਤਰ੍ਹਾਂ ਮੈਂ ਉੱਥੇ ਵੀ ਮੇਰੀ ਪੋਇਮ ਮੈਂ ਇੱਕ ਲਿਖੀ ਸੀ ਅਤੇ ਜਦੋਂ ਵਿਦਾਇਗੀ ਪਾਰਟੀ ਹੋਈ ਅਤੇ ਉਹ ਪੋਇਮ ਇੱਕ ਲੜਕੀ ਨੇ ਗਾਈ ਕਿ ਉੱਥੇ ਵੀਸ ਵਾਈਸ ਚਾਂਸਲਰ ਵੀ ਬੈਠਾ ਸੀ, ਉਹਨੇ ਬਹੁਤ ਸ਼ਲਾਘਾ ਕੀਤੀ, ਉਹਨੇ ਗਾ ਕੇ ਕਹੀ ਤੂੰ ਕਿਉਂ ਕੋਈ ਦੋਸਤ ਆ ਚੰਦ ਤਾਰੇ ਚਲੇ ਗਿਆ, ਰਮਾਨਾ ਸਾਡਿਆਂ ਦੇ ਅੰਗਿਆਰੇ ਚਲੇ ਗਏ, ਰਾਹਾਂ ਦੀ ਅੜੀਕਾਂ ਮੁੱਕੀਆਂ, ਸਦਰਾਂ ਦੀ ਤੰਦਾਂ ਟੁੱਟੀਆਂ, ਗਿਲੇ ਅਤੇ ਸ਼ਿਕਵੇ ਵੀ ਗਏ ਲਾਰੇ ਵੀ ਗਏ। ਇਸ ਤਰ੍ਹਾਂ ਦੀਆਂ ਕਵਿਤਾਵਾਂ ਜਿਹੜੀਆਂ ਉਹਦੇ ਮੈਂ ਲਿਖਦਾ ਰਿਹਾ, ਮੈਨੂੰ ਸ਼ੌਕ ਸੀ। ਹੁਣ ਇੱਕਦਮ ਮੈਂ ਅਮੈਰੀਕਾ ਗਿਆ ਸੀਗਾ ਆਪਣੀ ਬੇਟੀ ਤੋਂ, ਉੱਥੇ ਤਿੰਨੇ ਕਿਤਾਬਾਂ ਜਿਹੜੀਆਂ ਦੇਖ ਮੈਂ ਦੇਖੋ ਮੇਰੀ ਉਮਰ 86 ਸਾਲ ਦੀ ਹੋਣ ਆ ਗਈ, 86 ਮੇਰੇ 'ਚ ਗੁਣ ਸੀ ਲਿਖਣ ਦਾ ਪਰ ਮੈਂ ਹੈੱਡ ਪਹਿਲਾਂ ਬਣ ਗਿਆ, ਜਾਂ ਤਾਂ ਬੰਦਾ ਟੀਚਰ ਬਣੇ ਜਾਂ ਪ੍ਰੋਫੈਸਰ ਬਣੇ ਉਹਦੇ ਕੋਲ ਟਾਈਮ ਹੁੰਦਾ, ਜੇ ਹੈੱਡ ਮੈਂ ਫਿਰ 20 ਸਾਲ ਦੁਆਬਾ ਖਾਲਸਾ ਮਾਡਲ ਸਕੂਲ ਉੱਥੇ ਮੈਂ ਇੱਦਾਂ ਦਾ ਨਹੀਂ ਕਿ ਕੰਮ ਨਾ, ਮੈਨੂੰ ਕੰਮ ਬਹੁਤ ਕਰਨਾ ਪਿਆ ਅਤੇ ਉਸ ਕਰਕੇ ਸਮਾਂ ਨਹੀਂ ਮਿਲਿਆ। ਹੁਣ ਮੈਂ ਸੋਚਿਆ ਕਿ ਪਰਮਾਤਮਾ ਕਹੂੰਗਾ ਤੈਨੂੰ ਉਹਦੀ ਕਲਾ ਦਿੱਤੀ ਆ ਕੋਈ ਕੀ ਕੀਤਾ ਆਪਣੇ, ਅਤੇ ਮੈਂ ਪੁੱਛੂਗਾ ਜਿਵੇਂ ਇੰਗਲਿਸ਼ ਦੇ ਰਾਈਟਰ ਮਿਲਟਨ ਆ ਨਾ ਪੋਇਟ, ਔਨ ਹਿਜ਼ ਬਲਾਈਂਡਨੈਸ ਉਹਦੀ, ਉਹਨੇ ਉਹ 'ਚ ਉਹ ਲਿਖਿਆ ਨਾ ਵੀ ਪਰਮਾਤਮਾ ਮੈਨੂੰ ਪੁੱਛੂਗਾ ਤੈਨੂੰ ਐਡਾ ਗੁਣ ਦਿੱਤਾ ਕੀਤਾ ਕਿ ਤੂੰ ਆ, ਉਹਨੇ ਉੱਥੇ ਮੈਨੂੰ ਵੀ ਇਹ ਖਿਆਲ ਆਇਆ ਕਿ ਮੈਨੂੰ ਪਰਮਾਤਮਾ ਪੁੱਛੂਗਾ ਕਿ ਤੈਨੂੰ ਗੁਣ ਦਿੱਤਾ ਐਡਾ, ਇਸ ਕਰਕੇ ਤਿੰਨੇ ਕਿਤਾਬਾਂ ਮੈਂ ਇਕੱਠੀਆਂ ਲਿਖੀ, ਚੌਥੀ ਵੀ ਤਿਆਰ ਆ, ਜਦੋਂ ਮੈਨੂੰ ਥੋੜ੍ਹਾ ਸਮਾਂ ਮਿਲੂਗਾ ਚੌਥੀ ਵੀ ਮੈਂ ਬਹੁਤ ਜਲਦੀ ਮਤਲਬ ਇਹਦੇ ਮੂਹਰੇ ਜਿਹੜੇ ਹਰ ਇੱਕ ਨੇ ਮੇਰੀ ਕਿਤਾਬ ਉੱਤੇ ਜਿਹੜਾ ਪਰਿਵੇਸ਼ ਦਿੱਤਾ ਨਾ ਜੀ ਉਹ ਪੜ੍ਹਨ ਵਾਲੇ ਆ, ਪ੍ਰਿੰਸੀਪਲ ਵੀਰ ਸੋਹ ਨੇ ਦਿੱਤੇ ਆ, ਉਹ ਵੀ ਅਮਰੀਕਾ 'ਚ ਅੱਜ ਕੱਲ੍ਹ ਆਪਣੇ ਬੇਟੇ ਕੋਲ ਨਵੋਦਰ 15-20 ਸਾਲ ਪ੍ਰਿੰਸੀਪਲ ਰਹੇ, ਉਹਨਾਂ ਨੇ ਅੜੀਕਾਂ 'ਤੇ ਦਿੱਤਾ। ਅੱਛਾ ਜੀ, ਅਤੇ ਜਿਹੜਾ ਅਗਲਾ ਪ੍ਰਿੰਸੀਪਲ ਆ ਉਹ ਪ੍ਰਿੰਸੀ ਆਪਣੇ ਸੰਯੋਗ ਜੋ ਉਹ ਪ੍ਰਿੰਸੀਪਲ ਜਸਪਾਲ ਸਿੰਘ ਰੰਧਾਵਾ ਅਨਫਾਰਚੂਨੇਟਲੀ ਅੱਜ ਉਹ ਬਾਹਰ ਆ ਨਹੀਂ, ਉਹਨਾਂ ਨੂੰ ਆਉਣਾ ਸੀਗਾ, ਉਹਨਾਂ ਨੇ ਉੱਤੇ ਲਿਖਿਆ ਜੀ। ਜਿਹੜੀ ਤੀਸਰੀ ਕਿਤਾਬ ਹੈ ਸੁੰਦਰਤਾ ਉਹਦੇ ਉਹਦਾ ਪ੍ਰਵੇਸ਼ ਜਿਹੜੇ ਲਾਇਲਪੁਰ ਖਾਲਸਾ ਕਾਲਜ ਦੀ ਪ੍ਰੋਫੈਸਰ ਆ ਹੈੱਡ ਆਫ ਦੀ ਡਿਪਾਰਟਮੈਂਟ ਦੀ ਉਹ ਆਊ ਆਈ ਨਹੀਂ ਹਜੇ ਆਊ ਨਹੀਂ
ਉਹਨਾਂ ਨੇ ਲਿਖਿਆ ਸਾਰਾ, ਉਹ ਵੀ ਯਾਨੀ ਕਿ ਪੜ੍ਹਨ ਵਾਲੇ ਆ, ਇਸ ਕਰਕੇ ਬਹੁਤ ਆਪਾਂ ਸ਼ੌਕ ਦੇ ਨਾਲ ਇਹ ਲਿਖਿਆ। ਚੌਥੀ ਜਿਹੜੀ ਕਿਤਾਬ ਆ ਉਹ ਮੈਂ ਹੁਣ ਅਮੈਰੀਕਾ 'ਤੇ ਮੈਨੂੰ ਜਾਣਾ ਪੈ ਰਿਹਾ ਅਤੇ ਉਹ ਚੌਥੀ ਫਿਰ ਆਉਣ ਕੇ ਇੰਡੀਆ ਜੇ ਕੋਈ ਸਾਲ ਕਰ। ਜੇ ਗੱਲ ਕਰੀਏ ਸਰ, ਇਹ ਕਿਤਾਬ ਤੁਹਾਨੂੰ ਲਿਖਣ ਨੂੰ ਕਿੰਨੇ ਕਿਤਾਬ ਲਿਖਣ ਨੂੰ ਕਿੰਨਾ ਸਮਾਂ ਲੱਗ ਗਿਆ ਸਰ, ਇਹ ਦੱਸੋ। ਕਿਤਾਬ ਲਿਖਣ ਨੂੰ ਕਵਿਤਾਵਾਂ? ਹਾਂਜੀ ਹਾਂਜੀ ਉਹ ਤਾਂ ਇੱਦਾਂ ਵੀ ਕਵਿਤਾਵਾਂ ਜਦੋਂ ਫਿਰ ਪੜ੍ਹਨ ਲੱਗਦੀਆਂ ਨਾ ਫਿਰ ਇਹ ਉਹ ਇੱਦਾਂ ਹੀ ਆ। ਰੋਜ਼ ਮੈਨੂੰ ਇੱਕ ਅੱਧੀ ਕਵਿਤਾ ਜ਼ਰੂਰ, ਜਦੋਂ ਇਹ ਵੇਗ ਚੱਲ ਜਾਂਦਾ ਹੈ ਤਾਂ ਨੇਚਰਲ ਆ, ਇਹ ਮਸ਼ੀਨ ਤਾਂ ਹੈ ਨਹੀਂ ਜਿਹੜੀ ਕਿ ਆਪਾਂ ਇਹਦੇ ਨਾਲ ਚੀਜ਼ਾਂ ਕਰਕੇ ਬਣਾ ਲਈਏ। ਇਹ ਕਵਿਤਾ ਯਾਨੀ ਤੁਹਾਡੇ ਮਨ ਦੇ ਬਲਬਲੇ ਆ, ਅਤੇ ਉਹ ਬਲਬਲੇ ਜਦੋਂ ਕਈ ਵਾਰੀ ਆਉਂਦੇ ਫਿਰ ਚੰਗੇ ਲਹਿਰਾਂ ਜਿਵੇਂ ਚੜ੍ਹਦੀਆਂ ਨੇ ਇੱਦਾਂ ਉੱਠਦੇ, ਉਹ ਫਿਰ ਮੈਂ ਲਗਾਤਾਰ ਹੀ ਕਿਤਾਬਾਂ ਜਲਦੀ ਛੇਤੀ ਲੈਂਦੀਆਂ, ਕੋਈ ਜ਼ਿਆਦਾ ਨਹੀਂ ਆ, ਕੁਛ ਮਹੀਨਿਆਂ 'ਚ ਹੀ ਬਸ ਲੈ ਗਈ। ਸਰ ਇੱਕ ਹੋਰ ਵੀ ਗੱਲ ਜੈਨ 'ਚ ਤਾਂ ਬਹੁਤ ਸਾਰੀਆਂ ਸਵਾਲ ਸਾਡੇ ਮੇਰੇ ਆ ਰਹੇ ਸਰ, ਸਭ ਤੋਂ ਵਧੀਆ ਤੁਹਾਨੂੰ ਇਹਦੇ 'ਚ ਕਿਹੜੀ ਮਤਲਬ ਕਵਿਤਾ ਲੱਗੀ ਹੈ ਸਰ ਸਾਡੇ ਦਰਸ਼ਕਾਂ ਨੂੰ? ਸਭ ਤੋਂ ਵਧੀਆ ਤੁਸੀਂ ਆਪਣੇ ਤੁਹਾਨੂੰ ਇਹਦੇ 'ਚ ਆਪਣੀ ਕਿਤਾਬ 'ਚ ਤਾਂ ਵੈਸੇ ਸਾਰੇ ਆਪਣੇ ਹੁੰਦੇ ਸਰ, ਤੁਹਾਨੂੰ ਕਿਹੜਾ ਸਭ ਤੋਂ ਵਧੀਆ ਲੱਗਿਆ? ਮੇਰੀ ਕਵਿਤਾ ਜੀ ਜੀ ਮੇਰੀਆਂ ਸਾਰੀਆਂ ਜਿੱਦਾਂ ਹੁਣ ਮੈਨੂੰ ਪੂਰੀ ਯਾਦ ਨਹੀਂ ਜਾਂਦਾ, ਇੱਥੇ ਮਾੜੀ ਜੀ ਇੱਥੇ ਮੈਂ ਮੰਗਾਉਣਾ ਮੇਰੇ ਅਜੀਜ਼ ਦੋਸਤ ਮੰਗੂ ਨੇ ਜੀ, ਉਹਨੂੰ ਮੈਂ ਕੀਤੀ ਯਾਰ ਤੇ ਮੌਤ ਨੂੰ ਕਿਹਾ। ਇੱਕ ਗੱਲ ਜਰਾ ਤੂੰ ਦੱਸੀ, ਏਡਾ ਵੱਡਾ ਸ਼ਹਿਰ ਕਿਉਂ ਕੀਤਾ ਜੀ? ਇੱਕ ਗੱਲ ਜਰਾ ਤੂੰ ਦੱਸੀ, ਏਡਾ ਵੱਡਾ ਸ਼ਹਿਰ ਕਿਉਂ ਕੀਤਾ ਜੀ? ਠੀਕ ਸਮੇਂ ਦੇ ਆਉਣ ਤੋਂ ਪਹਿਲਾਂ ਸੱਚ ਸੋਚ ਸਮਝ ਨੂੰ ਲਾਂਭੇ ਰੱਖ ਕੇ ਸਾਡੇ ਜਿਗਰੀ ਦੋਸਤ ਉੱਤੇ ਕਿਉਂ ਤੂੰ ਜੁਰਮ 'ਤੇ ਧੱਕਾ ਕੀ? ਧਰਮ ਰਾਜ ਮਿਲੇ ਤਾਂ ਪੁੱਛਾਂ, ਧਰਮ ਰਾਜ ਮਿਲੇ ਤਾਂ ਪੁੱਛਾਂ, ਅਜੇ ਤਾਂ ਸਾਡਾ ਸੱਜਣ ਚਾਹੇ ਯਾਰਾਂ ਦੀ ਮਹਿਫਿਲ ਵਿੱਚ ਆਉਣਾ, ਉਹਦੇ ਦਿਲ ਦੀ ਖਾਹਿਸ਼ ਬੜੀ ਸੀ ਇਹ ਜ਼ਿੰਦਗੀ ਨੂੰ ਹੋਰ ਹੈ ਜਿਉਣਾ, ਰੱਬੀ ਹੁਕਮ 'ਤੇ ਗਿਲਾ ਨਾ ਸਾਨੂੰ ਉਹਦੀ ਰਜ਼ਾ ਸੱਚ ਬੜਾ ਹੈ। ਉਹਨੂੰ ਮੇਰੇ ਦੋਸਤ ਦੀ ਮੌਤ ਮੇਰੇ ਤੋਂ ਬਰਦਾਸ਼ਤ ਨਹੀਂ ਸੀ, ਉਹਨੂੰ ਇਹ ਕਿਹਾ ਕਿ ਤੂੰ ਯਾਨੀ ਕਿ ਸੋਚ ਸਮਝ ਕੇ ਕੋਈ ਉਮਰ ਹੋਵੇ ਉਹਦੀ, ਏਜ ਨਹੀਂ ਹੋਈ ਐਡੀ ਵੱਡੀ, ਫਿਰ ਤੂੰ ਉਹਨੂੰ ਆਣ ਕੇ ਧੋਣੋਂ ਫੜ ਲਿਆ, ਇਹ ਧੱਕਾ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ। ਆਪਣਾ ਦੋਸਤ ਬਹੁਤ ਜ਼ਿਆਦਾ ਉਹਨਾਂ ਦੀ ਮੌਤ ਤਕਰੀਬਨ 70 ਸਾਲ ਤੋਂ ਪਹਿਲਾਂ ਹੋ ਗਈ। ਹਾਂ ਦੇਖੋ ਥੋੜ੍ਹਾ ਸਾਰਾ ਬਾਗ ਵੀਰਾਨ ਹੈ ਕੀਤਾ, ਦਰਦ ਵਿਛੋੜਿਆ ਦਿਲਾਂ ਨੂੰ ਕੰਬੇ, ਅਸਾਂ ਤਾਂ ਸਬਰ ਪਿਆਲਾ ਪੀਤਾ, ਹੋਰ ਤਾਂ ਕੁਛ ਨਹੀਂ ਕਰ ਸਕਦੇ। ਇੱਕ ਗੱਲ ਜੇ ਮੇਰੀ ਮੰਨੇ, ਮੌਤ ਨੂੰ ਰੈਫਰ ਕੀਤਾ, ਚੈਲੰਜ ਕੀਤਾ, ਇੱਕ ਗੱਲ ਮੇਰੀ ਜੇ ਮੰਨੇ, ਵੇ ਵਕਤ ਕਿਸੇ ਨੂੰ ਜਾ ਕੇ ਮੌਤ ਦੀ ਘੋੜੀ ਨਾ ਚੜ੍ਹਾਈ, ਇੱਕ ਦੂਜੇ ਦੇ ਪਿਆਰ 'ਚ ਰੰਗੇ, ਐਸੇ ਦਿਲਾਂ ਨੂੰ ਨਾ ਤੜਫਾਈ, ਗਮਾਂ ਦਾ ਨਾ ਤੂੰ ਮੀਂਹ ਵਰਸਾਈ, ਜੇ ਵੱਲ ਮਾਂਡੇਰ ਦੇ ਆਉਣ, ਮੈਂ ਵੀ ਉਹਨੂੰ ਕਹਿਤਾ ਨਾ, ਹਾਂ ਚੈਲੇਂਜ ਕਰਦਾ ਮੈਂ ਉਹਨੂੰ, ਜੇ ਵੱਲ ਮਾਂਡੇਰ ਦੇ ਆਉਣਾ
ਥੋੜ੍ਹਾ ਬਹੁਤਾ ਸਮਝ ਕੇ ਆਈ, ਥੋੜ੍ਹਾ ਬਹੁਤਾ ਸਮਝ ਕੇ ਆਈ, ਉਮਰਾਂ ਦੀ ਤਪੱਸਿਆ ਮੇਰੀ, ਇਹ ਜ਼ਿੰਦਗੀ ਨਾ ਤੇਥੋਂ ਡਰਦੀ, ਰੱਬੀ ਨੂਰ ਹੈ ਆਸੇ ਪਾਸੇ, ਇਹਦੇ ਅੰਦਰ ਸੋਚ ਕੇ ਆਈ। ਠੀਕ ਹੈ, ਤੁਹਾਨੂੰ ਦੱਸਣ ਲੱਗਾ ਸੀ ਆਹ ਗਜ਼ਲ ਜੀ, ਐਮ ਐਡ ਦੀ ਵਿਦਿਆਰਥੀ ਪਾਰਟੀ ਯੂਨੀਵਰਸਿਟੀ ਸਮੇਂ ਜੀ, ਸ਼ਿਮਲੇ ਚ ਜਦੋਂ ਉਹ ਹੁੰਦਾ ਤਾਂ ਹੈ ਹੀ ਆ ਕਿ ਸ਼ਹਿਰ ਦੇ ਮਨ 'ਚ ਕੋਈ ਆਉਂਦੀ ਹੁੰਦੀ ਆ, ਉਹ ਇਸ ਗੁਰੂ ਗੱਲ ਹੁੰਦੀ ਹੈ, ਕਿਸੇ ਨਾਲ ਮੇਰਾ ਪਿਆਰ ਵੀ ਹੋ ਸਕਦਾ, ਉਹਦੇ ਨਾਲ ਵਿਛੋੜਾ ਵੀ ਹੋ ਸਕਦਾ। ਉਹ ਵਿਛੋੜੇ 'ਚ ਲਿਖਿਆ ਗਿਆ, ਭਾਵਾਂ ਮੇਰੀ ਵਾਈਫ ਮੇਰੇ ਕੋਲ ਬੈਠੀ ਹੈ, ਇਹ 'ਚ ਕੋਈ ਨਹੀਂ, ਜਿਹੜਾ ਸ਼ਹਿਰ ਹੁੰਦਾ ਉਹ ਬਹੁਤ ਖੁੱਲ੍ਹਾ ਹੁੰਦਾ, ਉਹ ਗੱਲ ਨਹੀਂ ਕੋਈ ਸੋਚਦਾ ਹੁੰਦਾ, ਅਤੇ ਕੋਈ ਬੰਦਾ ਅੱਛਾ ਮੇਰਾ ਦੋਸਤ ਆ, ਕੋਈ ਕੁੜੀ ਦੋਸਤ ਸੀ ਅੱਛੀ, ਉਹ ਵਿਛੜੇ ਮੈਨੂੰ ਫੀਲ ਹੋਇਆ ਅਸਲੀ ਤੇ, ਤੂੰ ਕਿਉਂ ਕੀ ਦੋਸਤਾ, ਚੰਦ ਤਾਰੇ ਚਲੇ ਗਏ, ਰਮਾਨਾ ਸਾਡਿਆਂ ਦੇ ਅੰਗਿਆਰੇ ਚਲੇ ਗਏ, ਮੁੱਦ ਤਾਂ ਤੋਂ ਉਮੜੀ ਤਾਂਘ ਸੀ, ਦੋ ਪਲ ਹੀ ਮਿਲਣੇ ਦੀ, ਮੁਸ਼ਕਿਲ ਸੇ ਆਏ ਕਰੀਬ ਤੋਂ ਪਰ ਪਿਆਰੇ ਚਲੇ ਗਏ, ਰਾਹਾਂ ਦੀ ਅੜੀਕਾਂ ਮੁੱਕੀਆਂ, ਸਦਰਾਂ ਦੀ ਤੰਦਾਂ ਟੁੱਟੀਆਂ, ਗਿੱਲੇ ਅਤੇ ਸ਼ਿਕਵੇ ਵੀ ਗਏ, ਦਾਰੇ ਵੀ ਚਲੇ ਗਏ, ਖਮੋਸ਼ੀਆਂ ਦੇ ਪਲਾਂ 'ਚ ਗੁਜ਼ਰੇਗਾ ਕਿਵੇਂ ਵਕਤੇ, ਖਮੋਸ਼ੀਆਂ ਦੇ ਪਲਾਂ 'ਚ ਗੁਜ਼ਰੇਗਾ ਕਿਵੇਂ ਵਕਤੇ, ਸੋਚਾਂ ਤਾਂ ਜ਼ਿੰਦਗੀ ਦੇ ਨਜ਼ਾਰੇ ਹੀ ਚਲੇ ਗਏ, ਸੱਜਣ ਤਾਂ ਵਸਦਾ ਦੂਰ ਹੋਣਾ, ਉਹਨਾਂ ਸਾਗਰਾਂ ਦੇ ਪਾਰ ਹੈ, ਸਾਗਰ ਵੀ ਤਰ ਕੇ ਆ ਗਏ, ਕਿਨਾਰੇ ਹੀ ਚਲੇ ਗਏ, ਤੂੰ ਜੋ ਦੂਰਤਾ। ਇਹ ਮਹਿਫਲ ਸੁਣਨ ਆਸਾਨ ਹੈ ਜੀ, ਇਹ ਮਹਿਫਲ ਸੁਣਨ ਆਸਾਨ ਹੈ, ਇਹ ਤੇਥੋਂ ਬਿਨਾਂ ਵਿਰਾਨ ਹੈ, ਮੰਡੇਰ ਇਕੱਲਾ ਰਹਿ ਗਿਆ, ਹੁਣ ਸਾਰੇ ਚਲੇ ਗਏ, ਤੂੰ ਕਿਉਂ ਕੀ ਦੋਸਤਾਂ ਨੂੰ ਚੰਦ ਤਾਰੇ ਚਲੇ। ਸਰ ਥੋੜ੍ਹੀ ਦੱਸੋ ਕਿਹਨਾਂ ਬਾਰੇ ਲਿਖਿਆ ਤੁਸੀਂ, ਦੱਸੋ ਤਾਂ ਸਰ ਹੁਣੇ ਜਿਹੜੀ ਗਜ਼ਲ ਤੁਸੀਂ ਸੁਣਾਈ ਹੈ ਸਰ, ਥੋੜ੍ਹਾ ਜਿਹਾ ਵਿਸਤਾਰ ਨਾਲ ਜਾਣਕਾਰੀ ਕੀ ਹੈ? ਉਹ ਮਤਲਬ ਅਸੀਂ ਜਿੱਦਾਂ ਬੰਦੇ ਵਿਛੜਦੇ ਹਾਂ ਅਤੇ ਵਿਛੋੜੇ ਦਾ ਦਰਦ ਤਾਂ ਹੁੰਦਾ ਹੀ ਹੈ, ਅਤੇ ਕੋਈ ਬੰਦਾ ਨਹੀਂ, ਸਾਰੇ ਤਾਂ ਪੋਇਟ ਨਹੀਂ ਗਏ, ਮੈਂ ਉਹਨੂੰ ਪੋਇਟਰੀ ਦੇ ਵਿੱਚ ਆਪਣੇ ਐਕਸਪ੍ਰੈਸ ਖਿਆਲਾਂ ਨੂੰ ਕੀਤਾ ਅਤੇ ਮੈਨੂੰ ਇਸ ਤਰ੍ਹਾਂ ਫੀਲ ਹੋ ਗਿਆ ਤੁਹਾਡੇ ਨਾਲ, ਜੋ ਗੱਲ ਹੈ ਹੋਰ ਬਰੀਫ 'ਚ ਤਾਂ ਨਹੀਂ। ਕਈ ਸੈਂਸ 'ਚ ਲੈ ਲੈਂਦੇ ਹਾਂ, ਉਹ ਛੋਟੇ ਬੱਚੇ ਸਾਡੇ ਤੋਂ ਉੱਥੇ ਛੋਟੇ ਵੀ ਸਕੂਲ ਕੁੜੀਆਂ, ਪਰ ਉਹ ਪਿਆਰ ਕਲਾਸ ਫੈਲੋ ਦਾ ਵੀ ਬੜਾ ਪਿਆਰ ਹੁੰਦਾ, ਜਿਵੇਂ ਦੋਸਤਾਂ ਦਾ ਹੁੰਦਾ, ਅਤੇ ਪਿਆਰ ਖੁੱਲ੍ਹੀ ਭਾਸ਼ਾ 'ਚ ਲੈਣਾ ਚਾਹੀਦਾ, ਪਰਿਵਾਰ ਪਿਆਰ ਨੂੰ ਤੰਗ ਦਾਇਰਾ ਨਹੀਂ ਦੇਖਣਾ ਚਾਹੀਦਾ, ਤੋ ਇਸ ਕਰਕੇ ਵਿਛੜੇ ਦਾ ਦਰਦ ਹੁੰਦਾ।
ਅੰਡੇ ਸਾਹਿਬ ਇੱਕ ਤੁਹਾਡਾ ਮਤਲਬ ਕਿ ਮੈਡਮ ਦਾ ਕਿੰਨਾ ਸਾਥ ਰਿਹਾ ਇਸ ਬੁੱਕ ਲਿਖਣ 'ਚ? ਇਹਨਾਂ ਦਾ ਬਹੁਤ ਸਾਥ ਰਹਿੰਦਾ। ਕਈ ਵਾਰੀ ਜਦੋਂ ਮੈਂ ਲਿਖਦਾ ਹੁਣ ਵੀ ਐਕਾ ਤਕਰੀਬਨ ਸਾਰੀਆਂ ਕਵਿਤਾਵਾਂ ਇਹਨਾਂ ਜਦੋਂ ਮੈਂ ਲਿਖਦਾ ਸੀ ਪੋਇਮ ਇਹਨਾਂ ਨੂੰ ਮੈਂ ਸੁਣਾਉਂਦਾ ਸੀ। ਅੱਛਾ ਅੱਛਾ। ਹਾਂ, ਤਕਰੀਬਨ ਮੈਂ ਸਾਰੀਆਂ ਕਵਿਤਾਵਾਂ ਇਹਨਾਂ ਨੂੰ ਸੁਣਾਉਂਦਾ ਜਦੋਂ ਮੈਂ ਅੱਗੇ ਲਿਖੀ ਸੀ ਮੈਂ। ਕੀ ਕਹਿਣਾ ਚਾਹੋਗੇ ਤੁਸੀਂ ਸਾਰਾ ਜੀ ਰਿਲੀਜ਼ ਕਰ ਰਹੇ ਹੋ, ਕਿ ਤੁਹਾਨੂੰ ਕਿੱਦਾਂ ਦਾ ਫੀਲ ਮਹਿਸੂਸ ਹੋ ਰਿਹਾ? ਨਹੀਂ, ਬੜੀ ਮਿਹਨਤ ਆ ਇਹਨਾਂ ਦੀ, ਪੂਰੀ ਲਗਨ ਨਾਲ ਇਹਨਾਂ ਨੇ ਲਿਖਿਆ ਜੀ। ਬਾਕੀ ਜੋ ਇਹਨਾਂ ਦੇ ਵਿੱਚ ਪਰਮਾਤਮਾ ਨੇ ਗੁਣ ਦਿੱਤਾ ਨਾ, ਹਰ ਇੱਕ ਵਿੱਚ ਤਾਂ ਹੈ ਹੀ ਨਹੀਂ ਜੀ। ਉਹਨਾਂ ਨੂੰ ਇਹਨਾਂ ਦੇ ਆਪਾਂ ਗੱਲ ਕਰਦੇ ਕਿ ਸਾਰੀਆਂ ਜਿੰਨੀਆਂ ਹੁਣ ਸਰ ਨੇ ਸੁਣਾਈਆਂ, ਕਿ ਜਿੰਨੇ ਵੀ ਤੁਸੀਂ ਗਜ਼ਲ ਕਵਿਤਾ ਸਾਰੀਆਂ ਤੁਹਾਨੂੰ ਸਰ ਨੇ ਸੁਣਾਈਆਂ, ਵੈਸੇ ਤੁਸੀਂ ਸਾਰੇ ਤੁਸੀਂ ਜਾਣਦੇ ਹੋਣੇ ਕੀ ਹੈ ਕੀ ਨਹੀਂ ਹੈ, ਤੁਹਾਨੂੰ ਸਾਰੇ ਤੋਂ ਵਧੀਆ ਇਹਨਾਂ ਦੇ ਸਰ ਦੇ ਉਹਨਾਂ ਦਾ ਕਿਹੜੀ ਕਵਿਤਾ ਲੱਗੀ ਦੱਸੋ ਮਾੜਾ? ਜਿਹੜਾ ਵਿਛੋੜ ਇਹਦਾ ਇਹਨਾਂ ਨੇ ਬਹੁਤ ਤੇ ਲਿਖੀ ਹੈ ਜੀ ਜੀ ਜੀ। ਉਹ ਬਹੁਤ ਬਹੁਤ ਜਾਣਦੇ ਸੀ ਜੀ ਜੀ, ਉਹ ਬਹੁਤ ਡੂੰਘੀ ਜੀ ਜੀ, ਉਹ ਇਹਨਾਂ ਨੂੰ ਵੀ ਜਾਣਦੇ ਹਨ ਸਾਰੇ ਸੀ ਜਾਣਦੇ। ਅੱਛਾ ਅੱਛਾ ਜੀ। ਮੈਨੂੰ ਵੀ ਮੇਰੇ ਵੀ ਭਰਾਵਾਂ ਵਾਂਗੂ ਸੀ, ਬਹੁਤ ਦੁੱਖ ਹੋਇਆ ਉਹਨਾਂ ਦੇ ਅੰਦਰ, ਉਹ ਬਹੁਤ ਟੁੱਟਦੀ ਕੁਦਰਤੀ ਨਿਕਲਿਆ। ਅੱਛਾ, ਆਹ ਸੁਣਨਾ ਘਰ ਜੀ, ਉਹਨਾਂ ਦਾ ਪਿੰਡ ਡਿਸਟ੍ਰਿਕਟ ਕਾਲਾ ਸਿੰਘ ਹੈ ਅਤੇ ਉਹਨਾਂ ਦਾ ਘਰ ਬੜਾ ਵੱਡਾ, ਅਤੇ ਅੱਜ ਉਹ ਸਿਰਫ ਉਹਦੇ ਫਾਦਰ ਪਹਿਲਾਂ ਚਲੇ ਗਏ ਸੀ, ਮਦਰੀ ਸੀ ਵਿਡੋ, ਅਤੇ ਇੱਕੋ ਹੀ ਮੁੰਡਾ ਸੀ ਅਤੇ ਬੜਾ ਮੁਸ਼ਕਿਲ ਜੀਆ ਅਤੇ ਲਾਇਕ ਬਹੁਤ ਸੀ, ਇੰਟੈਲੀਜੈਂਟ ਬਹੁਤ ਸੀ। ਆਹ ਉਹਨਾਂ ਦੇ ਘਰ ਦੀ ਗੱਲ, ਉਹ ਉੱਥੇ ਜਾਈਦਾ ਸੀ ਅਸੀਂ ਸੱਜਣ ਮਿੱਤਰ ਜਿੰਨੇ ਐਜੂਕੇਸ਼ਨ ਸੀਗੇ ਪੜ੍ਹਦੇ, ਉਹ ਯਾਰ ਮਿਲਣ ਦਾ ਮਿਲਣਸਾਰ ਸੀ, ਅਤੇ ਉਹ ਘਰ ਉਹ ਵੀ ਚਲੇ ਗਈ ਆ, ਉਹ ਵੀ ਚਲਾ ਗਿਆ ਸੁਣਨਾ ਪਿਆ, ਆਹ ਉੱਥੇ ਵੀ ਲਿਖੀ ਆ ਕੁਦਰਤੀ ਮੰਗਲ ਸਿੰਘ ਉਹਦਾ ਨਾਮ ਹੈ ਮਹਿਬੂਬ ਮੰਗਲ। ਆਹ ਦੇਖੋ, ਜਿਸ ਘਰ ਬਾਰੇ ਮੈਂ ਕੁਝ ਕਹਿਣਾ, ਉਹ ਘਰ ਵੱਡੇ ਨਗਰ 'ਚ ਵੱਸਦਾ, ਉਹ ਘਰ ਬਹੁਤਾ ਖੁੱਲ੍ਹਾ ਚੌੜਾ, ਦੂਜੀ ਮੰਜ਼ਿਲ ਦੇ ਚੁਬਾਰੇ ਤੀਜੀ ਛੱਤ ਤੋਂ ਜੇਕਰ ਤੱਕੀਏ, ਹਰ ਕੋਨਾ ਇਸ ਪਿੰਡ ਦਾ ਦੇਖ, ਬਹੁਤ ਉੱਚਾ ਸੀ ਘਰ ਉਹ। ਇਹ ਘਰ ਮੇਰੇ ਦੋਸਤ ਦਾ ਸੀ, ਘਰ ਵਿੱਚ ਬੁੱਢੀ ਮਾਂ ਸੀ ਰਹਿੰਦੀ, ਸਾਰੇ ਦੋਸਤਾਂ ਦਾ ਹੀ ਰਹਿੰਦਾ, ਇੱਥੇ ਸਦਾ ਹੀ ਆਉਣਾ ਜਾਣਾ, ਬੁੱਢੀ ਮਾਂ ਮੱਥੇ ਕਦੇ ਨਾ ਤਿਉੜੀ ਪਾਉਂਦੀ, ਉਹ ਪੁੱਤਰਾਂ ਵਾਂਗ ਪਿਆਰ ਸੀ ਕਰਦੀ, ਸਾਡੀ ਬੜੀ ਉਹ ਸੇਵਾ ਕਰਦੀ, ਸਾਰੇ ਦੋਸਤ ਉੱਚੀ ਵਿੱਦਿਆ ਪਾਉਣ ਦੀ ਖਾਤਰ ਵੱਖ ਵੱਖ ਵਿੱਚ ਅਦਾਰਿਆਂ ਪੜ੍ਹਦੇ, ਇਹ ਘਰ ਸਮਝੋ ਇਲਮ ਦੀ ਦੁਨੀਆ, ਉੱਪਰ ਦੇ ਚੁਬਾਰਿਆਂ ਅੰਦਰ ਸੱਜਣਾ ਦੀਆਂ ਸਨ ਮਹਿਫਲਾਂ, ਇਲਮ ਦੀਆਂ ਇੱਥੇ ਬਾਤਾਂ ਹੁੰਦੀਆਂ, ਵਿੱਦਿਆ ਬਾਰੇ ਰੌਣਕਾਂ ਲੱਗ ਉਸ ਘਰ। ਜਦੋਂ ਵੀ ਬਹੁਤੀ ਗਰਮੀ ਹੁੰਦੀ, ਸਾਡਾ ਦਿਲ ਸੀ ਕਰਦਾ ਆਖਰੀ ਮੰਜ਼ਿਲ 'ਤੇ ਜਾਈਏ, ਬੁੱਢੀ ਮਾਂ ਦੀ ਆਗਿਆ ਲੈ ਕੇ ਆਖਰੀ ਛੱਤ 'ਤੇ ਪਹੁੰਚ ਹੀ ਜਾਈਏ, ਉੱਪਰ ਜਾ ਕੇ ਚਾਰੇ ਪਾਸੇ ਨਜ਼ਰ ਘੁਮਾਈਏ, ਇੱਦਾਂ ਲੱਗੇ ਖੇਤਾਂ ਦੀ ਹਰਾਵਲ ਸਾਰੀ ਖੂਬਸੂਰਤੀ ਆਪਣੇ ਵੱਲ ਹੀ ਖਿੱਚ ਲਿਆਈਏ, ਸਮੇਂ ਨੇ ਐਸਾ ਪਲਟਾ ਖਾਧਾ,
ਸੱਜਣ ਸਾਡਾ ਦੂਰ ਵਿਦੇਸ਼ 'ਚ ਜਾ ਕੇ ਵਸਿਆ, ਅਮਰੀਕਾ ਚਲਾ ਗਿਆ। ਅੱਛਾ, ਅਮਰੀਕਾ ਚਲਾ ਗਿਆ। ਹਾਂ, ਸਾਰੇ ਤੁਸੀਂ ਵਿਸਤਾਰ ਨਾਲ ਜਾਣਕਾਰੀ ਦਿਓ। ਬੁੱਢੀ ਮਾਂ ਹੁਣ ਜਿੰਦਰ ਮਾਣੀ ਇੱਥੇ, ਬੁੱਢੀ ਮਾਂ ਹੁਣ ਜਿੰਦਰ ਮਾਣੀ ਏਡੇ ਘਰ ਵਿੱਚ, ਫੁੱਲ ਕਲ ਮਕੱਲੀ ਸਹਿਮੀ ਰਹੀ, ਸਹਿਮੀ ਸਹਿਮੀ ਸੋਚਾਂ ਦੇ ਵਿੱਚ ਡੁੱਬੀ ਰਹਿੰਦੀ, ਰਾਤਾਂ ਦਾ ਹਨੇਰਾ ਪੱਕੇ ਜਾਂ ਅੰਬਰਾਂ ਦੇ ਤਾਰੇ ਚੱਕੇ। ਅੱਜ ਤਾਂ ਚੰਦ ਸਾਲ ਸੀ ਗੁਜ਼ਰੇ, ਅਜੇ ਤਾਂ ਚੰਦ ਸਾਲ ਸੀ ਗੁਜ਼ਰੇ, ਸਾਡੇ ਦੋਸਤ ਬੁੱਢੀ ਮਾਂ ਨੂੰ ਕੋਲ ਛੁੱਟੀ, ਸਾਡੇ ਦੋਸਤ ਨੇ ਬੁੱਢੀ ਮਾਂ ਨੂੰ ਕੋਲ ਬੁਲਾਇਆ, ਇਹ ਘਰ ਤਾਂ ਜਿੰਦਰਾ ਲੱਗਾ, ਇਹ ਤਾਂ ਹੋ ਗਿਆ ਸੁਣ ਮਸੰਨਾ, ਘਰ ਛੱਡਣ ਤੋਂ ਨਾ ਮੈਨੂੰ ਉਹ ਘਰ ਹੈ। ਬਸ ਬਹੁਤ ਵਧੀਆ ਸਰ, ਮਤਲਬ ਦਿਲ ਤੋਂ ਬਾਕੀ ਕਿ ਗਹਿਣ 'ਚ ਕੀ ਮਤਲਬ ਕਿ ਕੋਈ ਪੜ੍ਹ ਕੇ ਨਾ ਮਤਲਬ ਕਿ ਘਰ ਬਣਾਏ ਉਹਦਾ ਕਿਸ ਤਰ੍ਹਾਂ ਉਹਦਾ ਮੈਂ ਸਾਰਾ ਵਿਸਤਾਰ ਕੀਤਾ। ਬਾਕੀ ਬਹੁਤ ਵਧੀਆ ਤੁਸੀਂ ਲਿਖੇ, ਬਹੁਤ ਸਮਾਂ ਬਤਾਇਆ ਜੀ। ਅੱਛਾ ਜੀ, ਬਹੁਤ ਸਮਾਂ ਪੜ੍ਹਨ ਵੇਲੇ ਵੀ ਅਤੇ ਉਦੋਂ ਆਪਣੇ ਪੜ੍ਹਨ ਵੇਲੇ ਵੀ ਜਦੋਂ ਰਹਿੰਦੇ ਸੀ ਬਹੁਤ ਟਾਈਮ। ਅੱਛਾ, ਉੱਥੇ ਕਾਫੀ ਕੰਮ। ਹਾਂਜੀ, ਬਾਰਲਾ ਸਾਹ ਸਰ, ਤੁਸੀਂ ਵੀ ਇਕੱਲੇ ਇਕੱਠੇ ਖੇਡਦੇ ਹੋਣੇ ਜਿਸ ਤਰ੍ਹਾਂ ਮੈਡਮ ਕਹਿ ਰਹੇ ਹੈ, ਉਹ ਸਰ ਇਕੱਠੇ ਖੇਡਦੇ ਨੇ, ਇਕੱਠੇ ਜੋਬ ਵੀ ਕੀਤੀ ਹੈ, ਇਸ ਤਰ੍ਹਾਂ ਹੀ ਹੈ ਸਰ? ਨਹੀਂ, ਜੋਬ ਤਾਂ ਇੱਦਾਂ ਸੀ ਕਿ ਅਸੀਂ ਉੱਦਾਂ ਜਿੰਨਾ ਪੜ੍ਹਦੇ ਰਹੇ ਹਾਂ, ਜੋਬ ਤੁਸੀਂ ਵੱਖ ਵੱਖ ਕਰਦੇ ਰਹੇ ਹਾਂ, ਮੈਂ ਐਜੂਕੇਸ਼ਨ 'ਚ ਆ ਗਿਆ, ਬਾਹਰ ਚਲਾ ਗਿਆ, ਜੀ ਜੀ ਜੀ, ਅਤੇ ਇਸ ਤਰ੍ਹਾਂ ਜੋਬ ਇਹ ਸਾਰਾ ਵੱਖ ਵੱਖ ਹੁੰਦਾ ਰਿਹਾ। ਪੰਜਾਬੀ ਕਾਫੀ ਦੂਰ ਹੁੰਦੇ, ਆਪਾਂ ਕਹਿੰਦੇ ਹਾਂ ਇੱਕ ਕਾਫੀ ਇੰਨੀ ਮਿਹਨਤ ਨਾਲ ਤੁਸੀਂ ਮਿਹਨਤ ਕਰਦੇ ਹੋ, ਹਾਲਾਂਕਿ ਸੋਸ਼ਲ ਮੀਡੀਆ ਕਾਫੀ ਆਪਣੀ ਪਕੜ ਬਣਾ ਰਿਹਾ ਸਰ, ਇਸ ਬਾਰੇ ਤੁਹਾਡਾ ਕੀ ਕਹਿਣਾ? ਇਹ ਬਹੁਤ ਮਾੜੀ ਗੱਲ, ਚੰਗਾ ਨਹੀਂ ਹੋ ਰਿਹਾ। ਦੇਖੋ, ਜਿੰਨੇ ਮਰਜ਼ੀ ਬੱਚੇ ਜਿਹੜੇ ਆ ਉਹ ਕੰਪਿਊਟਰ ਨੂੰ ਸਿੱਖ ਲੈਣ, ਪਰ ਜਿਹੜਾ ਮਨ ਦਾ ਵਿਸ਼ਾਲ ਆ ਦਾਇਰਾ, ਇਹ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਵੱਧ, ਇਹਨਾਂ ਕਿਤਾਬਾਂ ਨੂੰ ਪੜ੍ਹੋਗੇ ਤਾਂ ਤੁਹਾਡੀ ਜਿਹੜੀ ਆ ਸੋਚ ਆ ਹੋਰ ਵਿਸ਼ਾਲ ਹੋ ਜਾਵੇਗੀ। ਜਿੱਦਾਂ ਹੁਣ ਟੋਲਸਟਾਏ ਦੀ ਵਾਰ ਐਂਡ ਪੀਸ 1400 ਸਫ਼ਿਆਂ ਦੀਆਂ ਕਿਤਾਬਾਂ, ਦੇਖੋ ਉਹਨੇ ਕਿਤਾਬ ਨੂੰ ਉਹਦੇ ਵਿੱਚ ਲਿਖਿਆ ਹੋਊਗਾ, ਪੜ੍ਹ ਕੇ ਕਿੰਨੇ ਉਹਦੇ ਖਿਆਲ ਹੋਣਗੇ, ਇਹ 'ਚ ਸੋਚ ਜਿਹੜੀ ਆ ਬੜੀ ਲਿਮਿਟਿਡ ਰਹਿ ਜਾਂਦੀ ਹੈ। ਇਸ ਕਰਕੇ ਚੰਗੀ ਗੱਲ ਜਿਹੜੀ ਕਿ ਜਿਹੜੀ ਸੋਸ਼ਲ ਮੀਡੀਆ ਦੇ ਨਾਲ ਬੱਚੇ ਅੱਜ ਕੱਲ੍ਹ ਜੁੜ ਰਹੇ, ਨੌਜਵਾਨ ਪੀੜ੍ਹੀ ਸਾਰੇ ਨੌਜਵਾਨ ਪੀੜ੍ਹੀ ਉਹ ਕਿਤਾਬਾਂ ਤੋਂ ਬਿਲਕੁਲ ਬਿਲਕੁਲ ਫੋਨ ਲੈ ਰਿਹਾ। ਜੀ 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 ਜੀ, ਹੁਣ ਦੇਖੋ ਮੇਰੇ ਵਾਲੇ ਬੰਦੇ ਨੂੰ ਹਜੇ ਫੋਨ ਆਪਣੇ ਮਤਲਬ ਜੋਗਾ ਚਲਾਉਣਾ ਆਉਂਦਾ ਨਾ, ਮੈਂ ਇਹਦੇ ਨੂੰ ਤਵੱਜੋ ਕੀਤੀ, ਮੇਰੀ ਕਮੀ ਆਏ, ਮੈਂ ਸਮੇਂ ਨਹੀਂ, ਪਰ ਮੈਂ ਬੁੱਕਸ ਨਾਲ ਪਿਆਰ ਹਜੇ ਤਾਂ ਨਹੀਂ ਮੇਰਾ। ਮੈਂ ਦੇਖੋ ਇੰਨੇ ਸਮੇਂ 'ਚ ਲਿਖੀਆਂ, ਪਰ ਇਸ ਸਮੇਂ ਵੀ ਪਿੱਛੇ ਮੈਂ ਜਸਵੰਤ ਸਿੰਘ ਦੀ ਰਾਤ ਬਾਕੀ ਹੈ, ਮੈਂ ਉਹ ਅਚੇਤੀ ਕਿਤਾਬ ਮੰਗਾ ਕੇ ਮੈਂ ਪੜ੍ਹੀ, ਉਹ ਮੈਂ ਨਹੀਂ ਪੜ੍ਹ ਸਕਿਆ ਸੀ, ਪਰ ਉਹ ਮੇਰੇ ਮਨ 'ਚ ਸੀ, ਬਹੁਤ ਅੱਛੀ ਕਿਤਾਬ ਆ, ਅਤੇ ਮੈਂ ਕਿਸੇ ਤਰ੍ਹਾਂ ਉਹਨੂੰ ਮਾਰਕੀਟ ਤੋਂ ਮੰਗਾਇਆ ਅਤੇ ਉਹਨੂੰ ਆਪਣੇ ਮੇਰੀ ਡਾਕਟਰ ਆ ਉਹਨੂੰ ਸ਼ੌਕ ਆ, ਉਹ ਅੱਜ ਕੱਲ੍ਹ ਟੋਰਾਂਟੋ ਯੂਨੀਵਰਸਿਟੀ ਹਾਇਰ ਸਟੱਡੀ ਪੜ੍ਹਨ ਗਈ ਹੈ, ਅਤੇ ਹੈ ਦੇਖੋ ਉਹ ਹੁਣ ਜਿਹੜੇ ਬੱਚੇ ਨੂੰ ਉਹ ਹੁਣ ਏਡੀ ਲਾਇਕ ਏਡੀ ਮਾਈਕਰੋਸਕੋਪ ਦੀ ਹੈ, ਤੋਂ ਉਹ ਉੱਥੇ ਟੋਰਾਂਟੋ ਯੂਨੀਵਰਸਿਟੀ 'ਚ ਐਡਵਾਂਸ ਪੜ੍ਹਾਈ ਲਈ ਗਈ ਆ ਭੇਜਿਆ ਨੂੰ,
ਤੇ ਉਹ ਉਹਨੂੰ ਕਿਤਾਬਾਂ ਪੰਜਾਬੀ ਦੇ ਸਾਰਾ ਸ਼ੌਕ ਉਹਨੇ ਮੈਂ ਉੱਥੋਂ ਜਸਵੰਤ ਸਿੰਘ ਕੰਬਲ ਤੋਂ ਵੀ ਉਹ ਰਾਤ ਬਾਕੀ ਹੈ ਕਿਸੇ ਤਰ੍ਹਾਂ ਉਹ ਕਿਤਾਬ ਮੰਗਾਈ ਤੇ ਤੋ ਇਸ ਕਰਕੇ ਇਹਦੇ ਨਾਲ ਸੋਚ ਲਿਮਿਟਡ ਹੁੰਦੀ ਆ ਇਹ ਕੋਈ ਗੁਣਿਆ ਥੈਂਕ ਯੂ ਭਜਨ ਸਿੰਘ ਮੰਡੇਰ ਸਾਹਿਬ ਜਿਹਨਾਂ ਨਾਲ ਕਾਫੀ ਲੰਮਾ ਸਮਾਂ ਗੱਲਬਾਤ ਕਰਕੇ ਤੁਹਾਨੂੰ ਵੱਖ ਵੱਖ ਅਤੇ ਮੁੱਖ ਬਾਰੇ ਜਾਣਕਾਰੀ ਦਿੱਤੀ ਫਿਰ ਉਹਨਾਂ ਨਾਲ ਕਾਫੀ ਸਾਰੀਆਂ ਚਰਚਾ ਹੋਈਆਂ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਨੌਜਵਾਨ ਪੀੜ੍ਹੀ ਜਿਹੜੇ ਕਿ ਅੱਜ ਕੱਲ੍ਹ ਕਾਫੀ ਸਾਰੇ ਪੰਜਾਬੀ ਜਿਹੜੇ ਬੱਚੇ ਆ ਉਹ ਬਿਲਕੁਲ ਹੀ ਪੰਜਾਬੀ ਪੜ੍ਹਨ ਨੂੰ ਹਟ ਗਏ ਸੋ ਉਹਨਾਂ ਨੇ ਅਪੀਲ ਵੀ ਕੀਤੀ ਕਿ ਇਹ ਚੀਜ਼ਾਂ ਨੂੰ ਨਾ ਭੁੱਲੋ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਤੁਸੀਂ ਇਹਨਾਂ ਨਾਲ ਜੁੜੋ ਔਰ ਸੋਸ਼ਲ ਮੀਡੀਆ ਥੋੜ੍ਹਾ ਜਿਹਾ ਹੈ ਸੋਸ਼ਲ ਮੀਡੀਆ ਇੱਕ ਜ਼ਰੂਰੀ ਹੈ ਸਾਡੀ ਜ਼ਿੰਦਗੀ 'ਚ ਵੀ ਅਸੀਂ ਕਹਿੰਦੇ ਹਾਂ ਕਿ ਅੱਜ ਦੇ ਨੌਜਵਾਨ ਪੀੜ੍ਹੀ ਇਸ ਨਾਲ ਜੁੜਨ ਪਰ ਸਾਡੇ ਪੰਜਾਬੀ ਜਿਹੜਾ ਕਲਚਰ ਹੈ ਉਸ ਨਾਲ ਵੀ ਸਾਨੂੰ ਜੁੜਨਾ ਚਾਹੀਦਾ ਅਤੇ ਸਾਨੂੰ ਸਭ ਨੂੰ ਇਹੀ ਕਰਨਾ ਚਾਹੀਦਾ ਕਿ ਥੋੜ੍ਹਾ ਬਹੁਤ ਸਮਾਂ ਕੱਢ ਕੇ ਕਿਤਾਬ ਜ਼ਰੂਰ ਪੜ੍ਹੋ ਇਸ ਨਾਲ ਸਾਡੀ ਨੌਲੇਜ ਵਧੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹਰ ਚੀਜ਼ ਦੀ ਜਾਣਕਾਰੀ ਹੈ ਇਸੇ ਤਰ੍ਹਾਂ ਮਿਲਦੇ ਰਹੇ ਸਾਨੂੰ ਦੋ ਹਜ਼ਾਰ ਧੰਨਵਾਦ।